ਪਾਓ ਗੁਰੂ ਮੇਰੀ ਸਾਹਿਬ ਜੀਓ ਰਸਨਾ ਕਰੋ ਪਵਿੱਤਰ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਮਹਾਨ ਸ਼ਹੀਦ ਨੂੰ ਯਾਦ ਕਰਦੇ ਹੋਏ ਅੱਜ ਦਾ ਜੋ ਇਹ ਸਮਾਗਮ ਸ਼ਹੀਦ ਭਾਈ ਤਾਰੂ ਸਿੰਘ ਦੀ ਯਾਦ ਵਿੱਚ ਆਪਾਂ ਇਕੱਤਰ ਹੋਏ ਹਾਂ। ਭਾਈ ਸਾਹਿਬ ਜੀ ਨੇ ਪੂਰੀ ਵਾਰਤਾਲਾਪ ਇਤਿਹਾਸ ਦੀ ਉਹ ਘਟਨਾ ਆਪ ਜੀ ਦੇ ਸਨਮੁੱਖ ਰੱਖੀ ਹੈ। ਸੋ ਇਹ ਜੋ ਸ਼ਹੀਦੀਆਂ ਨੇ, ਇਹ ਜੋ ਸ਼ਹਾਦਤਾਂ, ਇਹ ਕਹਿਣ ਨੂੰ ਬੜੀਆਂ ਸਰਲ ਲੱਗਦੀਆਂ ਨੇ, ਪਰ ਜਦੋਂ ਕਮਾਉਣੀਆਂ ਪੈਂਦੀਆਂ ਨੇ ਤਾਂ ਬੜਾ ਔਖਾ ਹੁੰਦਾ। ਅਤੇ ਕਮਾਉਣ ਦੇ ਲਈ ਪਹਿਲਾਂ ਬਾਣੀ ਦੇ ਨਾਲ ਪ੍ਰੇਮ ਹੋਣਾ ਜ਼ਰੂਰੀ। ਜਿੰਨੀ ਦੇਰ ਪ੍ਰੇਮ ਸਾਚੀ ਪ੍ਰੀਤ ਹਮ ਤੂੰ ਸਿਉਂ ਜੋਰੀ, ਤੂੰ ਸਿਉਂ ਜੋਰ ਅਵਰ ਸੰਗ ਦੂਰੀ, ਸਾਚ ਕਹੋ ਸੁਨ ਲੇਹੋ ਸਵੈ ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਏ। ਜਦੋਂ ਬਾਣੀ ਨਾਲ ਪਿਆਰ ਬਣੇਗਾ ਅਤੇ ਇਸ ਤਰ੍ਹਾਂ ਦੀ ਅਵਸਥਾ ਪੈਦਾ ਹੁੰਦੀ ਹੈ। ਸਾਵਣ ਦਾ ਮਹੀਨਾ ਚੜ੍ਹਿਆ ਹੈ, ਸਾਵਣ ਦੇ ਮਹੀਨੇ ਵਿੱਚ ਵੀ ਆਪਾਂ ਸਰਵਣ ਕਰਦੇ ਹਾਂ, ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਲ। ਸੋ ਜਿੰਨੀ ਦੇਰ ਅਸੀਂ ਸਤਿਗੁਰੂ ਦੀ ਬਾਣੀ ਦੇ ਨਾਲ ਨਹੀਂ ਜੁੜਦੇ, ਉਨੀ ਦੇਰ ਸਾਨੂੰ ਇਹ ਕੇਵਲ ਕਹਾਣੀਆਂ ਹੀ ਨਜ਼ਰ ਆਉਂਦੀਆਂ। ਜਦੋਂ ਬਾਣੀ ਦੇ ਨਾਲ ਪਿਆਰ ਸਾਡੀ ਪ੍ਰੀਤ ਪੈ ਜਾਵੇਗੀ, ਸਤਿਗੁਰ ਨਾਲ ਪ੍ਰੇਮ ਹੋ ਜਾਵੇਗਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲ ਪਕਰੇ ਚਾ ਤਰੱਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ। ਸੋ ਆਓ ਗੁਰੂ ਕਿਰਪਾ ਕਰੇ ਸਾਡਾ ਬਾਣੀ ਨਾਲ ਪਿਆਰ ਬਣ ਜਾਵੇ ਅਤੇ ਅਸੀਂ ਗੁਰੂ ਘਰ ਵਿੱਚ ਪ੍ਰਵਾਨੇ ਜਾਈਏ। ਸੋ ਆਓ ਸਾਰੀ ਸੰਗਤ ਆਪਾਂ ਹਾਜ਼ਰੀ ਲਵਾਈਏ, ਕੋਈ ਵੀ ਰਸਨਾ ਬਾਂਝੀ ਨਾ ਰਹੇ, ਪਿਆਰ ਸਰਕਾਰ ਦੇ ਨਾਲ ਗੁਰੂ ਦੇ ਸ਼ਬਦ ਨਾਲ ਜੁੜਨਾ ਕਰੀਏ ਜੀ। ਹਉ ਰਹਿ ਨਾ ਸਕਾਂ ਮਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀ। ਜੀਓ ਮੈਂ ਨੀਰ
Yeah.
Let the old John and Nanak have it.